अक्सर तो अनुसारे नु पता है, जिस तरह मैं पहला कहा है कि एक बहुत अनसुखावी घटना तरन तारण दे विच वापरी सी, जिथे कुछ माड़े अंसर ने, कुछ एंटी सोशल अंसर ने एक रिलीजियस थां ते जाके उत्थे एक मूर्ति नु नुकसान पहुंचाया, डैमेज किया और भावनावां नु ठेस पहुंचाई। सो अज डीजी साहब वालों एक ऑपरेशन शुरू किया है, जिहदे विच सारे सीनियर ऑफिसर्स नु वख वख जिलों च भेज के उत्थे जिहड़े प्रोमिनेंट रिलीजियस प्लेसिस हैं उन्हां दी सुरक्षा दे की प्रबंध हैं पुलिस वालों और जिहड़ा संस्था है उहदे वालों की किए गए हैं, और जे उहदे च कोई कमी पेशी है या वधाउण दी लोड़ है उसकी अज एक समीक्षा कर रहे हैं। सर किस तरह की लॉ एंड स्थिति लैके की रोडमैप तैयार किया, किस तरह सुरक्षा प्रबंधन लैके की खास प्लान? नहीं नहीं बिल्कुल जी, साडा रोडमैप तैयार है। पंजाब पुलिस इहोजे माड़े अंसरां नाल लड़न नाल पूरी तरह सक्षम है, बहुत छेती है जिन्हां ने काम किया है भी सामने आ जाएंगे, और किसे नू किसे कीमत दे विच भी पंजाब दा जिहड़ा आपसी भाईचारा है ਉਹਨੂੰ ਵਿਗਾੜਨ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ। ਜਿੱਥੇ ਕੋਈ ਨਹੀਂ ਸੀਸੀਟੀਵੀ ਕੈਮਰੇ ਲਗੇ ਉਹਨੂੰ ਵੀ ਹਦਾਇਤਾਂ ਜਾਰੀ ਕੀਤੀਆਂ? ਨਹੀਂ, ਚਲੋ ਸਿਕਿਉਰਿਟੀ ਡਿਟੇਲ 'ਚ ਮੈਂ ਨਹੀਂ ਜਾਊਂਗਾ, ਬਾਕੀ ਅਸੀਂ ਆਪਣੇ ਵੱਲੋਂ ਸਾਰੇ ਪ੍ਰਬੰਧ ਕਰ ਰਹੇ ਹਾਂ। ਜਿੰਨੇ ਮੋਹਾਲੀ ਦੇ ਵਿੱਚ ਕਾਫੀ ਛੋਟੇ ਛੋਟੇ ਮਸੀਤਾਂ ਹੈ, ਮੰਦਰ ਹੈ, ਗਿਰਜੇ ਹੈ, ਗੁਰਦੁਆਰਾ ਸਾਹਿਬਾਨ ਹੈ, ਸਾਰਿਆਂ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਜਾ ਰਹੇ। ਜਿਵੇਂ ਲਗਾਤਾਰ ਘਟਨਾਵਾਂ ਸਾਹਮਣੇ ਆ ਰਹੀਆਂ ਬੇਅਦਬੀ ਦੀਆਂ, ਨਹੀਂ ਮੈਂ ਇਸ ਦੇ ਬਾਰੇ ਨਹੀਂ ਕੋਈ ਗੱਲ ਕਰਾਂਗਾ, ਅਸੀਂ ਆਪਰੇਸ਼ਨਲੀ ਇਸ ਨੂੰ ਯਕੀਨੀ ਬਣਾਵਾਂਗੇ ਕਿ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ। ਮੈਂ ਇਸ ਵਕਤ ਮੌਜੂਦ ਨੇ ਪੰਜਾਬ ADGP ਅਰਪਿਤ ਸ਼ੁਕਲਾ ਜੀ। ਸਰ ਇਸ ਵਕਤ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਇਸ ਤਰ੍ਹਾਂ ਕਿਸ ਤਰ੍ਹਾਂ ਇਸ ਵਕਤ? ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਦੇ ਵਿੱਚ ਹੈ, ਚੰਗੀ ਸਥਿਤੀ ਹੈ। ਮਾੜੇ ਅਨਸਰ ਕਈ ਵਾਰ ਕੋਸ਼ਿਸ਼ ਕਰਦੇ ਆ ਕਿ ਮਾਹੌਲ ਖਰਾਬ ਕੀਤਾ ਜਾਵੇ, ਲੇਕਿਨ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਕਸ਼ਮ ਹੈ ਕਿ ਇਹਨਾਂ ਮਾੜੇ ਅਨਸਰਾਂ 'ਤੇ ਕਾਬੂ ਕਰਕੇ ਔਰ ਕਿਸੇ ਵੀ ਸਥਿਤੀ ਦੇ ਵਿੱਚ ਆਪਸੀ ਭਾਈਚਾਰੇ ਨੂੰ ਜਿਹੜਾ ਕਮਿਊਨਲ ਹਾਰਮੋਨੀ ਹੈ ਇਸ ਨੂੰ ਖਰਾਬ ਨਾ ਕੀਤਾ ਜਾਵੇ। ਸਰ ਅੱਜ ਮੋਹਾਲੀ ਵਿੱਚ ਦੌਰਾ ਕੀਤਾ ਹੈ, ਜੋ ਤਰਨ ਤਾਰਨ ਦੇ ਵਿੱਚ ਹੋਇਆ ਚਰਚ ਦੇ ਵਿੱਚ ਜੋ ਮਾੜੇ ਅਨਸਰ ਵੱਲੋਂ ਹਰਕਤ ਕੀਤੀ ਗਈ ਹੈ, ਉਸ ਦੇ ਉੱਤੇ ਕਿਸ ਤਰ੍ਹਾਂ ਪੁਲਿਸ ਜੋ ਹੈ ਕਿਸ ਤਰ੍ਹਾਂ ਐਕਸ਼ਨ ਲੈ ਰਹੀ ਹੈ? ਦੇਖੋ ਦੋ ਚੀਜ਼ਾਂ ਨੇ, ਜਿਹੜਾ ਤਰਨ ਤਾਰਨ ਵਾਲਾ ਇੰਸੀਡੈਂਟ ਹੈ ਉਹਦੇ ਵਿੱਚ ਪੁਲਿਸ ਨੇ ਵੱਖ ਵੱਖ ਟੀਮਾਂ ਲਗਾ ਕੇ ਪੂਰੀ ਤੇਜ਼ੀ ਨਾਲ ਉਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਬਹੁਤ ਛੇਤੀ ਰਿਜ਼ਲਟ ਸਾਹਮਣੇ ਆਉਣਗੇ। ਇਸ ਤੋਂ ਇਲਾਵਾ ਜਿਹੜਾ ਪ੍ਰੀਵੈਂਟਿਵ ਮੈਜਰਸ ਹੈ ਜਿਹੜੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਰਿਲੀਜੀਅਸ ਸਥਾਨ ਨੇ, ਉਹਨਾਂ ਦਾ ਅੱਜ DG ਸਾਹਿਬ ਵੱਲੋਂ ਇੱਕ ਆਪਰੇਸ਼ਨ ਚਲਾਇਆ ਜਾ ਰਿਹਾ, ਜਿਹਦੇ ਵਿੱਚ ਸੀਨੀਅਰ ਆਫਿਸਰਸ SSP ਤੋਂ ਉੱਪਰ ਤੱਕ ਦੇ ਆਫਿਸਰਸ ਜਾ ਕੇ ਉਹਨਾਂ ਦੀ ਸਮੀਖਿਆ ਕਰ ਰਹੇ ਹੈ, ਜੇ ਕੋਈ ਕਮੀ ਪੇਸ਼ੀ ਉਹਨੂੰ ਪੂਰੀ ਕੀਤੀ ਜਾਵੇ, ਔਰ ਜਿਹੜੇ ਆਰਗਨਾਈਜ਼ਰਸ ਹੈ ਜਿਹੜੇ ਮੈਨੇਜਰਸ ਹੈ ਉਹਨਾਂ ਨਾਲ ਵੀ ਤਾਲਬੰਦ ਕੀਤਾ ਜਾਵੇ। ਸਰ ਜੇਕਰ ਗੱਲ ਕੀਤੀ ਜਾਵੇ ਲਾਅ ਐਂਡ ਆਰਡਰ ਦੇ, ਤਾਂ ਪੰਜਾਬ 'ਚ ਦੱਸਿਆ ਵੀ ਕਾਫੀ ਮਾੜੇ ਸਥਿਤੀ ਹੋਣੀ, ਕਿਉਂਕਿ ਸਿੱਧੂ ਮੂਸੇ ਵਾਲਾ ਕਤਲ ਹੋਇਆ, ਉਸ ਤੋਂ ਬਾਅਦ ਮੋਹਾਲੀ ਇੱਕ ਕਾਫੀ ਸੈਂਸਿਟਿਵ ਏਰੀਆ, ਕਿਉਂਕਿ ਇੱਥੇ ਇੱਕ ਰੋਕਟ ਲਾਂਚ ਨਾਲ ਹਮਲਾ ਵੀ ਕੀਤਾ ਜਾਂਦਾ ਇਸ ਤੋਂ ਪਹਿਲਾਂ, ਤਾਂ ਮੋਹਾਲੀ ਜਿਹੜਾ ਜ਼ਿਆਦਾ ਸੈਂਸਿਟਿਵ ਪੰਜਾਬ ਦਾ ਮੰਨਿਆ ਜਾਂਦਾ, ਤਾਂ ਇੱਥੇ ਦੀ ਸਥਿਤੀ ਤੁਸੀਂ ਕਿਸ ਤਰ੍ਹਾਂ ਮੰਨਦੇ ਹੋ ਪਹਿਲਾਂ? ਨਹੀਂ ਦੇਖੋ, ਜਿਹੜਾ ਕ੍ਰਾਈਮ ਹੈ, ਤੁਸੀਂ ਜਿਹੜੇ ਦੋ ਇੰਸੀਡੈਂਟਸ ਦੀ ਗੱਲ ਕੀਤੀ, ਦੋਵੇਂ ਇੰਸੀਡੈਂਟਸ ਟਰੇਸਡ ਨੇ, ਭਾਵੇਂ ਉਹ ਮੋਹਾਲੀ ਦਾ ਅਟੈਕ ਹੋਵੇ, ਉਹ ਵੀ ਪੰਜਾਬ ਪੁਲਿਸ ਨੇ, ਡਿਸਟ੍ਰਿਕਟ ਪੁਲਿਸ ਨੇ ਮਿਲ ਕੇ ਉਸ ਨੂੰ ਟਰੇਸ ਕੀਤਾ, ਬੰਦੇ ਅਰੈਸਟ ਹੋਏ। ਜਿਹੜੇ ਤੁਸੀਂ ਕਤਲਕਾਂਡ ਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਵੀ ਬੰਦੇ ਅਰੈਸਟ ਹੋਏ, ਸ਼ੋ ਕਰਦਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਕਸ਼ਮ ਹੈ ਇਹਨਾਂ ਮਾੜੇ ਅਨਸਰਾਂ 'ਤੇ ਕਾਬੂ ਕਰਨ ਪਾਉਣ 'ਤੇ। ਤਾਂ ਮੇਰੇ ਨਾਲ ਮੌਜੂਦ ਸੀ ਪੰਜਾਬ ADGP ਅਰਪਿਤ ਸ਼ੁਕਲਾ ਜੀ ਨੇ ਦੱਸਿਆ ਵੀ ਜਿਹੜਾ ਇਸ ਵਕਤ ਹਾਲਾਤ ਨੇ ਪੰਜਾਬ ਦੇ ਵੀ, ਉਹਦੀ ਸਥਿਤੀ ਜੋ ਹੈ ਕਾਫੀ ਅੱਗੇ ਨਾਲੋਂ ਬਿਹਤਰ ਹੋ ਚੁੱਕੀ ਹੈ। ਬੇਸ਼ੱਕ ਮੋਹਾਲੀ ਵਿੱਚ ਵੀ ਹਮਲਾ ਹੋਇਆ ਸੀਗਾ, ਅਤੇ ਤਰਨ ਤਾਰਨ ਦੀ ਜੋ ਵੀ ਦੁਰਘਟਨਾ ਹੋਈ ਹੈ ਚਰਚ ਵਿੱਚ, ਉਸ ਨੂੰ ਲੈ ਕੇ ਉਹਨਾਂ ਕਿਹਾ ਵੀ ਜੋ ਕੇਸ ਹੈ ਉਹ ਚੰਗੀ ਤਰ੍ਹਾਂ ਇਸ ਨੂੰ ਸੈੱਟ ਕੀਤਾ ਜਾਵੇਗਾ। ਪੰਜਾਬ ਪੁਲਿਸ ਵੱਲੋਂ ਇਸ ਦੇ ਉੱਤੇ ਲਗਾਤਾਰ ਨਿਗਰਾਨੀ ਕੀਤੀ ਹੈ, ਤਾਂ ਤਸਵੀਰਾਂ ਤੁਸੀਂ ਇਸ ਵਕਤ ਮੋਹਾਲੀ ਦੇ ਚਰਚ ਦੇ ਦੇਖ ਸਕਦੇ, ਜਿੱਥੇ ਅੱਜ ਪੰਜਾਬ ਦੇ ADGP ਅੱਜ ਇੱਥੇ ਪਹੁੰਚੇ, ਇੱਥੇ ਉਹਨਾਂ ਨੇ ਦਾਇਰਾ ਵੀ ਕੀਤਾ, ਅਤੇ ਲਗਾਤਾਰ ਪੰਜਾਬ ਦੇ DGP ਵੱਲੋਂ ਇਸ ਚੀਜ਼ ਨੂੰ ਲੈ ਕੇ ਜੋ ਤਰਨ ਤਾਰਨ ਦੇ ਵਿੱਚ ਹੋਇਆ ਸੀ ਉਸ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਹੁਣ ਫਿਰ ਕੀਤੀ ਜਾ ਰਹੀ ਹੈ। ਮੋਹਾਲੀ ਤੋਂ ਅਭਿਸ਼ੇਕ ਮੈਨੂ ਦੀ ਰਿਪੋਰਟ ਪੰਜਾਬ ਤੱਕ।